सारे नूं प्यार भरी सत श्री अकाल जी। अज हुकूमत पूरी हैल्पिंग ऑर्गेनाइजेशन की पंजाब टीम सरकारी हाई स्कूल अलवाण दे विच पहुंची है। रिस्पेक्टेड डोनर्स तुहाडे सहयोग के नाल साडी संस्था 1825 विद्यार्थियों नूं जिहड़ी मदद आ एजुकेशन दे विच पहुंचा रही है। तो जिहड़े बच्चे आ बहुत ही गरीब परिवारां नाल संबंध रखदे, कईआं दे पेरेंट्स है नहीं आ, कई हैंडीकैप आ, पर ये बच्चे बहुत ब्रिलियंट आ। ਤੁਹਾਡੇ ਦਿੱਤੇ ਹੋਏ ਇੱਕ ਇੱਕ ਰੁਪਿਆ ਜਿਹੜਾ ਵਾ ਉਹ ਵਿਦਿਆਰਥੀਆਂ ਤੱਕ ਪਹੁੰਚ ਰਿਹਾ ਵਾ। ਅਤੇ ਅੱਜ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ, ਤੁਹਾਡੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਵਾ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਵਾ। ਦੱਸਣਯੋਗ ਆ ਕਿ ਜਿਹੜਾ ਇਹ ਸਕੂਲ ਵਾ, ਇਸ ਸਕੂਲ ਦੇ ਵਿੱਚ ਅਧਿਆਪਕ ਸਨਮਾਨ ਦੀ ਬਹੁਤ ਘਾਟ ਸੀ, ਅਤੇ ਇਸ ਸਕੂਲ ਨੇ ਰਿਕੁਐਸਟ ਕੀਤੀ ਕਿ ਸਾਡੀ ਸੰਸਥਾ ਨੂੰ ਕਿ ਇਸ ਸਕੂਲ ਦੇ ਵਿੱਚ ਟੀਚਰ ਪ੍ਰੋਵਾਈਡ ਕੀਤੇ ਜਾਣ, ਅਤੇ ਸਾਡੀ ਸੰਸਥਾ ਦੁਆਰਾ ਇਸ ਸਕੂਲ ਨੂੰ ਦੋ ਟੀਚਰ ਜਿਹੜੇ ਪ੍ਰੋਵਾਈਡ ਕੀਤੇ ਹੋਏ ਆ। ਅਤੇ ਦੱਸਣਯੋਗ ਆ ਕਿ ਜਿਹੜੇ ਮੈਡਮ ਰਵਿੰਦਰ ਕੌਰ ਜੀ ਆ, ਜਿਨ੍ਹਾਂ ਨੂੰ ਅੱਜ ਸੈਲਰੀ ਦਾ ਚੈੱਕ ਦੇਣ ਆਇਆ ਸਰ, ਇਹ ਰਵਿੰਦਰ ਕੌਰ ਮੈਮ ਆ, ਪਿਛਲੇ 8 ਸਾਲਾਂ ਤੋਂ ਜਿਹੜਾ ਇਸ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ। ਇਹ ਮੈਮ ਮਨਜੀਤ ਕੌਰ ਆ, ਇਹ ਵੀ ਲਗਾਤਾਰ 3 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਆਪਣੀ ਸੇਵਾਵਾਂ ਦੇ ਰਹੇ ਆ। ਦਾਨਵੀਰ ਸੱਜਣੋ, ਇਸ ਸਕੂਲ ਦੇ ਵਿੱਚ 100 ਤੋਂ ਅਬਵ ਸਟੂਡੈਂਟ ਵਾ, ਅਤੇ ਤੁਹਾਡੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਵਾ। ਪੰਜਾਬ ਟੀਮ ਵੱਲੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਜਿਹੜਾ ਜ਼ਰੂਰਤਮੰਦਾਂ ਲਈ ਪੈਸਾ ਭੇਜ ਰਹੇ ਹੋ ਉਹ ਸਹੀ ਪਾਸੇ ਲੱਗ ਰਿਹਾ ਵਾ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਨਰਿੰਦਰ ਸੈਣੀ ਜੀ ਦਾ, ਜਿਹੜੇ ਕਿ ਹਰੇਕ ਪ੍ਰੋਜੈਕਟ ਦੇ ਵਿੱਚ ਆਪਣਾ ਸਹਿਯੋਗ ਦੇ ਰਹੇ ਆ। ਜੋਗਾ ਸਿੰਘ ਜੀ ਦਾ, ਬਲਵੀਰ ਹੰਪਾਲ ਜੀ ਦਾ, ਨਿਸ਼ਾ ਮਲਹੋਤਰਾ ਜੀ ਦਾ, ਬਿਕਰਮਜੀਤ ਸਿੰਘ ਗਿੱਲ ਜੀ ਦਾ, ਸੱਜਣਮੀਤ ਸਿੰਘ ਗਿੱਲ ਜੀ ਦਾ, ਚਰਨਪ੍ਰੀਤ ਸਿੰਘ ਟਿੰਮੀ ਜੀ ਦਾ, ਸੈਮੀ ਮੁਖਰਜੀ ਦਾ, ਦਲਜੀਤ ਸੇਖੋ ਜੀ ਦਾ, ਅਮਨਦੀਪ ਸਿੰਘ ਸੈਣੀ ਜੀ ਦਾ, ਮਹਾਰਾਜਾ ਇੰਡੀਅਨ ਰੈਸਟੋਰੈਂਟ ਜੀ ਦਾ, ਇੰਦਰਜੀਤ ਸਿੰਘ ਦਾ, ਅਮਨਦੀਪ ਸੈਣੀ ਜੀ ਦਾ, ਸੰਦੀਪ ਸਿੰਘ ਲੱਕੀ ਜੀ ਦਾ, ਗੁਰਜੀਤ ਢੱਡਾ ਜੀ ਦਾ, ਪ੍ਰਤਾਪ ਸਿੰਘ ਜੀ ਦਾ, ਗੁਰਮੇਜ ਚੈਥਰੇ ਜੀ ਦਾ, ਦਿਆਲ ਸੈਣੀ ਜੀ ਦਾ, ਟੋਨੀ ਮਲਹੋਤਰਾ ਜੀ ਦਾ, ਮਲਕੀਤ ਸਰੋਆ ਜੀ ਦਾ, ਰਮੇ ਸਿੰਘ ਜੀ ਦਾ, ਤਨੂ ਸੈਣੀ ਜੀ ਦਾ, ਰਵਿੰਦਰ ਕੁਮਾਰ ਜੀ ਦਾ, ਰਜਿੰਦਰ ਸੰਘੇੜਾ ਜੀ ਦਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ। ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹੋ ਤਾਂ ਜੋ ਸਮਾਜ ਦੇ ਵਿੱਚ ਜ਼ਰੂਰਤਮੰਦਾਂ ਨੇ ਜਿਹੜੀ ਇਹ ਪਹਿਲਕਦਮੀ ਹੈ ਨਿਰੰਤਰ ਚੱਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।